ਤੁਹਾਡਾ ਵੀ ਲਿਖਿਆ ਜਾ ਰਿਹਾ ਤੇ ਸਾਡਾ ਵੀ ਲਿਖਿਆ ਜਾ ਰਿਹਾ। ਅੱਗੇ ਤੋਂ ਹਸ਼ਰ ਕੋ ਹੋਗਾ ਜੇ ਮਾਲੂਮ ਕਿ ਜੀਤਾ ਕੌਣ ਔਰ ਹਾਰਾ ਕੌਣ। ਇੱਕ ਨੌਕਰੀ ਤੁਸੀਂ ਕਰ ਰਹੇ ਹੋ, ਇੱਕ ਨੌਕਰੀ ਅਸੀਂ ਕਰ ਰਹੇ। ਹਾਂਜੀ, ਤੁਸੀਂ ਜਿਹਨਾਂ ਦੀਆਂ ਨੌਕਰੀਆਂ ਕਰਦੇ ਹੋ ਤੁਹਾਨੂੰ ਮੁਬਾਰਕ, ਸਾਨੂੰ ਗੁਲਾਮੀ ਰਸੂਲ ਮੁਬਾਰਕ। ਲੱਭੇ, ਆਵਾਜ਼ ਖੋਲ ਬਈ, ਲੱਭੇ ਤੁਹਾਡੀਆਂ ਨੌਕਰੀਆਂ ਹੁਕਮਰਾਨਾਂ ਦੀ ਚਾਪਲੂਸੀਆਂ, ਝੂਠ ਫਰੇਬ, ਔਰ ਜੋ ਇਸਲਾਮ ਦੁਸ਼ਮਨ ਲੋਕ ਹੈ ਉਨਕੀ ਹਿਫਾਜ਼ਤ ਕਰਨਾ, ਔਰ ਉਨਕੇ ਲੀਏ ਹੀਲੇ ਬਹਾਨੇ ਕਰਕੇ ਨਹੀਂ 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 ਇਹ ਤੋ ਵਾਕਈ ਨਹੀਂ ਹੁਆ ਥਾ, ਯਹ ਤੋ ਐਸੀ ਨਹੀਂ ਹੁਆ। ਕੁਰਾਨ ਵੀ ਜਲੇ ਤੁਹਾਰੀ ਵਫਾਦਾਰੀਆਂ ਯਾਰ ਕੇ ਸਾਥ, ਰਸੂਲੁੱਲਾਹ ਕੇ ਖਿਲਾਫ ਨੈਟ ਪਰ ਕੋਈ ਭੌਂਕੇ ਤੁਹਾਰੀ ਵਫਾਦਾਰੀਆਂ ਯਾਰ ਕੇ ਸਾਥ। ਤਵਜੋ, ਸੂਦ ਕਾ ਮਾਮਲਾ ਆਏ ਤੁਮ ਕੁਰਾਨ ਕੇ ਖਿਲਾਫ, ਤੁਮ ਇਸਲਾਮ ਕੇ ਖਿਲਾਫ, ਜਬ ਰਸੂਲੁੱਲਾਹ ਕੀ ਇੱਜ਼ਤ ਕਾ ਮਸਲਾ ਆਏ ਤੁਮ ਕੁਰਾਨ ਔਰ ਇਸਲਾਮ ਕੇ ਖਿਲਾਫ। ਤੁਹਾਰੀ ਡਾਇਰੀਆਂ ਯਹੀ ਲਿਖਤੀ ਹੈ ਕਿ ਮੌਲਾਨਾ ਸਾਹਿਬ ਯਹ ਗੁਫ਼ਤਗੂ ਕਰ ਰਹੇ ਥੇ, ਤੁਮੇ ਇਹਨਾਂ ਨੇ ਨੌਕਰੀ ਦੀ ਔਰ ਉਹ ਚੰਦ ਦਿਨੋਂ ਕੇ ਬਾਅਦ ਰਿਟਾਇਰਮੈਂਟ ਹੋ ਜਾਏਗੀ। ਹਮ ਮਾਲਕੋ ਨੇ ਜਿਹਨੇ ਮਾਲਕੋ ਨੇ ਜੋ ਹਮੇ ਨੌਕਰੀ ਦੀ ਉਹ ਤੋ ਕਿਆਮਤ ਵਾਲੇ ਦਿਨ ਵੀ। ਹਜ਼ੂਰ ਤਵਜੋ, ਮੇਰੇ ਆਕਾ ਨੇ ਫਰਮਾਇਆ ਕਿਆਮਤ ਵਾਲੇ ਦਿਨ ਵੀ ਉਲਮਾ ਕੇ ਕਲਮ ਕੀ ਸਿਆਹੀ ਸ਼ਹਾਦਾ ਕੇ ਖੂਨ ਸੇ ਬੜ ਜਾਏਗੀ। ਤੁਹਾਰੀ ਡਿਊਟੀ ਯੇ ਲਗੀ ਝੂਠ ਸਾਥ ਲਿਖ ਕਰ ਹਮਾਰੀ ਹਕੂਮਤੇ ਬਚਾਓ। ਹਮਾਰੀ ਡਿਊਟੀ ਕਿਆ ਲਗੀ? ਅਬਦੁੱਲਾ ਬਿਨ ਮਸੂਦ ਫਰਮਾਤੇ ਹੈ ਕਿ ਜਬ ਬਨੀ ਇਸਰਾਇਲ ਗੁਨਾਹੋਂ ਮੇ ਮੁਬਤਲਾ ਹੋ ਗਏ ਤੋ ਰਸੂਲੁੱਲਾ ਨੇ ਫਰਮਾਇਆ ਕਿ ਉਲਮਾ ਨੇ ਰੋਕਾ, ਉਲਮਾ ਉਹ ਕੌਮ ਬਾਜ ਨਾ ਆਈ, ਉਲਮਾ ਥੱਕ ਗਏ। ਅਬਦੁੱਲਾ ਬਿਨ ਮਸੂਦ, ਹਮਾਰੀ ਡਿਊਟੀ ਦੇਖੋ ਕੈਸੇ ਲਗੀ। ਅਬਦੁੱਲਾ ਬਿਨ ਮਸੂਦ ਫਰਮਾਤੇ ਹੈ ਹਜ਼ੂਰ ਨੇ ਐਸੇ ਟੇਕ ਲਗਾ ਕੇ ਬਨੀ ਇਸਰਾਇਲ ਕੇ ਉਲਮਾ ਕਾ ਜ਼ਿਕਰ ਕੀਆ, ਜਬ ਆਪਣੇ ਉਲਮਾ ਆਪਣੀ ਉਮਤ ਕੇ ਉਲਮਾ ਕੀ ਬਾਰੀ ਆਈ ਤੋ ਹਜ਼ੂਰ ਉੱਠ ਬੈਠੇ। ਫਰਮਾਇਆ ਲਾ ਵੱਲਜ਼ੀ ਨਫਸੀ ਬਿਯਦਿਹੀ, ਫਰਮਾਇਆ ਨਹੀਂ ਨਹੀਂ ਨਹੀਂ, ਹਾਲਾਤ ਜੈਸੇ ਵੀ ਹੋ ਮੇਰੀ ਉਮਤ ਕੇ ਉਲਮਾ ਨੇ ਇਹ ਕੰਮ ਨਹੀਂ ਕਰਦੇ। ਹਜ਼ੂਰ ਨੇ ਬਰਾਹ ਰਾਸ ਖਿਤਾਬ ਫਰਮਾਇਆ, ਹਾਜ਼ਰ ਕੇ ਸੀਗੇ ਹੈ, ਫਰਮਾਇਆ ਲਤਾਮਰੁਨਾ ਬਿਲ ਮਾਰੂਫ ਵਲਾ ਤਨਹਵਨਾ ਅਨਿਲ ਮੁਨਕਰ, ਓ ਮੇਰੀ ਉਮਤ ਕੇ ਉਲਮਾ ਜੈਸੇ ਵੀ ਹਾਲਾਤ ਆ ਜਾਏ ਜ਼ਰੂਰ ਬਿ ਜ਼ਰੂਰ ਤੁਮਨੇ ਅੱਛਾਈ ਕਾ ਹੁਕਮ ਦੇਣਾ ਹੈ ਔਰ ਬੁਰਾਈ ਸੇ ਰੋਕਣਾ ਹੈ। ਅਗਲੀ ਬਾਤ ਹਜ਼ੂਰ ਬੜੀ ਡਾਢੀ, ਮੇਰੇ ਆਕਾ ਨੇ ਕਿਆ ਫਰਮਾਇਆ? ਫਰਮਾਇਆ ਮੇਰੀ ਉਮਤ ਕੇ ਉਲਮਾ ਤੁਮਨੇ ਕਿਆ ਕਰਨਾ ਹੈ? ਵਲਾ ਤਾਖੁਜ਼ੁਨਾ ਅਲਾ ਯਦਿ ਜ਼ਾਲਿਮ, ਜੇ ਤੁਹਾਡੇ ਦੌਰ ਵਿੱਚ ਕੋਈ ਜ਼ਾਲਿਮ ਜ਼ੁਲਮ ਤੇ ਉਤਰ ਆਏ ਕਿ ਗਾਜ਼ੀ ਇਸਲਾਮ ਕੇ ਜਨਾਜ਼ੇ ਮੇ ਜਾਣੇ ਪਰ ਵੀ ਮੋਟਰਵੇ ਬੰਦ ਕਰ ਦੇ, ਔਰ ਗਾਜ਼ੀ ਸਾਹਿਬ ਕੇ ਜੋ ਉਹਨਾਂ ਨੇ ਕਾਮ ਕੀਆ ਉਨ ਪਰ ਬਦਮਾਸ਼ੀ ਕੇ ਕੋ ਫੌਰ ਸ਼ਡਿਊਲ ਲਗਾ ਦੇ, ਔਰ ਸਾਲਾਨਾ ਉਰਸ ਕੇ ਮੌਕੇ ਪਰ ਵੀ ਪਰੇਸ਼ਾਨੀ ਬਣ ਜਾਏ, ਔਰ ਫਾਤਿਹਾ ਪੜ੍ਹਨੇ ਕੇ ਲੀਏ ਜੋ ਗਏ ਗਾੜੀਓ ਕੋ ਰੋਕ ਕਰ ਆਪ ਕਿਧਰ ਜਾ ਰਹੇ ਹੈ? ਕਦੀ ਤੁਮਨੇ ਸੈਨਮੇ ਮੇ ਜਾਣੇ ਵਾਲੋ ਕੋ ਵੀ ਐਸੇ ਪੁੱਛਾ? ਬਦਮਾਸ਼ੀਆਂ ਕਰਤੇ ਹੋ? ਕਦੀ ਗੰਦੇ ਔਰ ਬਦਕਾਰੀ ਕਰਨੇ ਵਾਲੋ ਕੀ ਗਲੀਓ ਮੇ ਖਲੇ ਹੋ ਖੜੇ ਹੋਕਰ ਤੁਮਨੇ ਕਭੀ ਪੁੱਛਾ ਕਿ ਕਿਸ ਤਰਫ ਜਾ ਰਹੇ ਹੋ? ਔਰ ਤੁਮ ਯੇ ਪੁੱਛਤੇ ਹੋ ਕਿ ਮੁਮਤਾਜ਼ ਕੇ ਲੀਏ ਜਾ ਰਹੇ ਹੋ? ਨਹੀਂ ਨਹੀਂ, ਲਾਨਤ ਸੇ ਵੀ ਅਗਲੀ ਬਾਤ ਹੈ। ਬਦਕਾਰੀ ਕੇ ਅੱਡੇ ਮੁਲਕ ਮੇ ਖੁਲੇ ਔਰ ਉਨ ਪਰ ਪਾਬੰਦੀਆਂ ਨਾ ਹੋ ਔਰ ਵਹਾਂ ਜਾਣੇ ਵਾਲੇ ਅਯਾਸ਼ੋਂ ਪਰ ਪਾਬੰਦੀਆਂ ਨਾ ਹੋ ਤੋ ਹਜ਼ੂਰ ਕੇ ਆਸ਼ਿਕ ਕੇ ਉਰਸ ਮੇ ਜਾਣਾ ਵੀ ਜੁਰਮ ਬਣ ਜਾਏ। ਯਹ ਬਾਤ ਯਾਦ ਰੱਖੋ, ਯੇ ਅਗਰ ਜੁਰਮ ਹੈ ਤੋ ਇਸ ਜੁਰਮ ਸੇ ਹਮ ਬਾਜ਼ ਕਭੀ ਵੀ ਨਹੀਂ ਆਏਗੇ। ਤਵਜੋ, ਲੱਭੇ ਬਾਂਗ ਵੀ ਪੁਕਾਰਾ ਸਰਦਾਰ ਵੀ ਸਦਾ ਦੀ, ਮੈਂ ਕਹਾਂ ਕਹਾਂ ਪਹੁੰਚਾ ਤੇਰੀ ਦੀਦ ਕੀ ਲਗਨ। ਇਹ ਮੇਰੀ ਤਕਰੀਰ ਖਾਲੀ ਸੁਭਾਨ ਅੱਲਾ ਨੇ ਨਹੀਂ ਸੁਣਨੀ, ਥੋੜ੍ਹੀ ਜਿਹੀ ਇਧਰ ਆਵਾਜ਼ ਆ, ਮੈਂ ਤਾਂ ਪਰੇਸ਼ਾਨ ਹੋ ਜਾਣਾ ਤੁਹਾਨੂੰ ਵੇਖ ਕੇ। ਬਈ ਤੁਸੀਂ ਇਹ ਉੱਤੇ ਗੋਲੀ ਵੀ ਚੱਲ ਜਾਏ ਨਾ ਤੇ ਤੁਸੀਂ ਕਹਿਣਾ ਲੱਭੇ, ਗੱਲ ਖਤਮ, ਗੱਲ